ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਸ਼ੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਮੈਂ ਕਰਦਾ ਪ੍ਰੋਗਰਾਮ ਦੀ ਸ਼ੁਰੂਆਤ, ਤੋਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟ। ਦੋਸਤੋ ਸਮਾਰਟ ਸਿਟੀ ਲੁਧਿਆਣਾ ਦੇ GNIMT ਕਾਲਜ ਦੇ ਵਿੱਚ ਬਹੁਤ ਹੀ ਧੂਮਧਾਮ ਦੇ ਨਾਲ ਟੈਲੈਂਟ ਹੰਟ ਸ਼ੋਅ 2019 ਸੈਲੀਬ੍ਰੇਟ ਕੀਤਾ ਗਿਆ। ਇਸ ਮੌਕੇ 'ਤੇ ਸਾਰੇ ਸਟੂਡੈਂਟਸ ਨੇ ਡਾਂਸਿੰਗ, ਸਿੰਗਿੰਗ, ਗਿੱਧਾ ਔਰ ਭੰਗੜਾ ਹੋਰ ਕੀ ਕੀਤਾ, ਆਓ ਵੇਖਦੇ ਹਾਂ ਇੱਕ ਰਿਪੋਰਟ। ਵਾਹ ਜੀ ਵਾਹ। ਸੋ ਦੋਸਤੋ ਦੇਖਿਆ ਗਿੱਧਾ ਅਤੇ ਭੰਗੜਾ ਬਹੁਤ ਹੀ ਸ਼ਾਨਦਾਰ ਆ, ਸਾਰੇ ਬੱਚਿਆਂ ਨੇ ਬਹੁਤ ਹੀ ਵਧੀਆ ਐਫਰਟਸ ਕੀਤੇ ਔਰ ਡਾਂਸ ਤਾਂ ਸਾਰਿਆਂ ਦਾ ਬਹੁਤ ਹੀ ਸ਼ਾਨਦਾਰ ਆ। ਸੋ ਹੁਣ ਵਿਹਲਾ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਂਦਾ। ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਕਾਲਜ ਦੇ ਮੈਂਬਰਸ ਨਾਲ, ਵੇਖਦੇ ਹਾਂ ਸਾਰਿਆਂ ਦਾ ਅੱਜ ਦੇ ਟੈਲੈਂਟ ਹੰਟ ਸ਼ੋਅ ਬਾਰੇ ਕੀ ਕਹਿਣਾ ਹੈ। ਮੇਰਾ ਨਾਮ ਡਾਕਟਰ ਸੰਧਿਆ ਮਹਿਤਾ ਹੈ ਔਰ ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਿੱਚੋਂ ਬੋਲ ਰਹੀ ਹਾਂ। ਇਹ ਕਾਲਜ 22 ਸਾਲ ਪੁਰਾਣਾ ਹੈ ਔਰ ਇੱਥੇ ਅਸੀਂ BBA, BCA, MBA, MCA ਔਰ ਹੁਣ ਨਵਾਂ ਕੋਰਸ ਸਟਾਰਟ ਕੀਤਾ ਹੈ BSc ਫੈਸ਼ਨ ਡਿਜ਼ਾਈਨ। ਜਦੋਂ ਵੀ ਸਾਲ ਦੀ ਸ਼ੁਰੂਆਤ ਹੁੰਦੀ ਹੈ ਔਰ ਨਵੇਂ ਬੱਚੇ ਕਾਲਜ ਵਿੱਚ ਆਉਂਦੇ ਹੈ, ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਨੂੰ ਇੱਕ ਇਨਵਾਇਰਮੈਂਟ ਪ੍ਰੋਵਾਈਡ ਕਰੀਏ, ਇੱਕ ਪਲੇਟਫਾਰਮ ਪ੍ਰੋਵਾਈਡ ਕਰੀਏ ਕਿ ਉਹ ਆਪਣਾ ਜਿਹੜਾ ਟੈਲੈਂਟ ਹੈ, ਆਪਣੇ ਸਟਰੈਂਥਸ ਹੈ, ਉਹਨਾਂ ਨੂੰ ਉਹ ਐਗਜ਼ਿਬਿਟ ਕਰ ਸਕਣ ਸਟੇਜ ਦੇ ਉੱਤੇ। ਅਤੇ ਅੱਜ ਅਸੀਂ ਟੈਲੈਂਟ ਸ਼ੋਅ ਜਿਹੜਾ ਹੈ, ਟੈਲੈਂਟ ਹੰਟ ਸ਼ੋਅ, ਉਹਨੂੰ ਬਹੁਤ ਹੀ ਵੱਡੇ ਤਰੀਕੇ ਨਾਲ ਮਨਾ ਰਹੇ ਹਾਂ ਔਰ ਉਹਦੇ ਵਿੱਚ ਹਰ ਤਰ੍ਹਾਂ ਦੇ ਇਵੈਂਟਸ ਹੈ, ਜਿੱਦਾਂ ਕਿ ਕੰਪਿਊਟਰ ਨਾਲ ਰਿਲੇਟਡ ਇਵੈਂਟਸ, ਆਪਣੇ ਲਿਟਰੇਰੀ ਔਰ ਫਾਈਨ ਆਰਟਸ ਔਰ ਕਲਚਰਲ ਇਵੈਂਟਸ, ਔਰ ਬੱਚਿਆਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਹਰ ਚੀਜ਼ ਵਿੱਚ ਬੜ ਚੜ੍ਹ ਕੇ ਹਿੱਸਾ ਲਿਆ ਹੈ। ਜ਼ਿਆਦਾਤਰ ਬੱਚਿਆਂ ਨੇ, ਕਿਉਂਕਿ ਨਵੇਂ ਹੈ ਔਰ ਸਕੂਲੋਂ ਨਵੇਂ ਆਏ ਹੈ, ਜ਼ਿਆਦਾਤਰ ਬੱਚਿਆਂ ਨੇ ਜਿਹੜਾ ਥੀਮ ਹੈ ਉਹਨੂੰ ਕਲਰਸ ਆਫ ਇੰਡੀਆ ਮੰਨਿਆ ਔਰ ਉਹਦੇ ਵਿੱਚ ਕਾਫੀ ਦੇਸ਼ ਭਗਤੀ ਵੀ ਦੇਖਣ ਵਿੱਚ ਮਿਲੀ ਹੈ। ਸੋ ਦੋਸਤੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਹੁਣ ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗੇ ਇੰਡੀਆ ਤੋਂ ਅੱਗੇ ਬੜੇਗੇ ਇੰਡੀਆ। ਔਰ ਖਾਸ ਤੌਰ 'ਤੇ ਪਾਣੀ ਜ਼ਰੂਰ ਬਚਾਓ ਜੀ, ਬਿਕੋਜ਼ ਸੇਫ ਵਾਟਰ ਅਤੇ ਸੇਫ ਲਾਈਫ। ਸੋ ਕੈਮਰਾ ਪਰਸਨ B Manjeet ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ।